ਜਿੱਦਾਂ ਤੋਂ ਹੜ੍ਹ ਆਏ ਨੇ ਜੀ ਨੌਜਵਾਨ ਮੈਦਾਨ ਵਿੱਚ ਨੇ ਵੀ ਉਹ ਕਮਾਲ ਦਾ ਦ੍ਰਿਸ਼ ਅਸੀਂ ਦੇਖਿਆ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਉਹ ਸਾਰੇ ਭਰਮ ਤੋੜ ਦਿੱਤੇ ਨੇ ਵੀ ਪੰਜਾਬ ਦਾ ਨੌਜਵਾਨ ਆਪਣੇ ਵਿਰਸੇ ਤੋਂ ਟੁੱਟ ਚੁੱਕਿਆ ਭਾਰਤ ਸਰਕਾਰ ਨੇ ਕਿਸੇ ਨਿਸ਼ਾਨੇ ਦੇ ਤਹਿਤ ਪਾਣੀ ਛੱਡਿਆ ਪੰਜਾਬ ਦੀ ਤਬਾਹੀ ਲਈ ਆ ਪੰਜਾਬ ਦੀ ਕਿਸਾਨੀ ਨੂੰ ਜੋ ਕੁਛ ਵੀ ਹੈ ਉਹਨੂੰ ਖਤਮ ਕਰਨ ਲਈ ਹੈ ਨਾ ਡੇਢ ਲੱਖ ਏਕੜ ਸਤਲੁਜ ਦੀ ਜ਼ਮੀਨ ਹੈ ਜਿਹੜੀ ਉਹ ਪੋਲੀਟੀਸ਼ੀਅਨਸ ਨੇ ਜਾਂ ਹੋਰ ਵੱਡੇ ਧਨਾੜਾਂ ਨੇ ਜਾਂ ਜਿਨ੍ਹਾਂ ਨੇ ਵੀ ਆਪਣੇ ਕਬਜ਼ੇ ਹੇਠ ਲੈ ਲਈ ਹੋਈ ਆ ਤੇ ਡੇਢ ਲੱਖ ਏਕੜ ਜ਼ਮੀਨ ਵਿੱਚ ਜੇ ਇੰਨਾ ਪਾਣੀ ਛੱਡ ਵੀ ਦਿੱਤਾ ਜਾਂਦਾ ਭਾਖੜਾ ਤੋਂ ਬੜੀ ਰਵਾਨਗੀ ਨਾਲ ਪਾਣੀ ਚਲੇ ਜਾਂਦਾ ਹੈਗਾ ਕੋਈ ਬੰਨ ਨਹੀਂ ਸੀ ਟੁੱਟਣਾ ਕੋਈ ਕੁਛ ਨਹੀਂ ਕੋਈ ਤਬਾਹੀ ਨਹੀਂ ਸੀ ਹੋਣੀ ਉਹਨੇ ਬੜੀ ਰਵਾਨਗੀ ਨਾਲ ਆਪਣੀ ਜਿਹੜੀ ਯਾਤਰਾ ਪੂਰੀ ਕਰਕੇ ਜਿੱਥੇ ਜਾਣਾ ਉਹ ਚਲੇ ਜਾਣਾ ਸੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਜਿਹੜੇ ਹਾਲਾਤ ਪੈਦਾ ਹੋਏ ਨੇ ਸਿੱਖ ਕੌਮ ਨੇ ਜਿਹੜਾ ਹੈ ਆਪਣੇ ਉੱਤੇ ਲੈ ਕੇ ਜਿਹੜਾ ਆਪਾਂ ਕਹੀਏ ਕਿ ਉਹਨਾਂ ਹਾਲਾਤਾਂ ਨੂੰ ਬੜੀ ਹੀ ਬੇਬਾਕੀ ਦੇ ਨਾਲ ਜੂਝ ਕੇ ਜਿਹੜਾ ਹੈ ਈਵਨ ਕਹੀਏ ਕਿ ਆਪਾਂ ਕਿ ਉੱਥੋਂ ਦੇ ਨੌਜਵਾਨਾਂ ਨੇ ਜੂਝ ਕੇ ਜਿਹੜਾ ਹੈ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਕਾਫੀ ਹੱਦ ਤੱਕ ਜਿਹੜਾ ਸਰ ਕਰ ਲਿਆ ਹੈ ਜਾਂ ਕਰ ਰਹੇ ਹਨ ਜਿਸ ਤਰੀਕੇ ਦੇ ਨਾਲ ਆਪਾਂ ਕਹੀਏ ਕਿ ਜਿਹੜੇ ਈਵਨ ਕਿ ਟਰਾਲੀਆਂ ਲੈ ਕੇ ਜਾਂ ਕਿਸ ਤਰ੍ਹਾਂ ਨੌਜਵਾਨ ਜਿਹੜੇ ਉੱਥੋਂ ਦੇ ਜਿਨ੍ਹਾਂ ਦੇ ਉੱਤੇ ਕਿ ਪਿਛਲੇ ਸਮਿਆਂ ਦੇ ਵਿੱਚ ਇਲਜ਼ਾਮ ਲੱਗਦੇ ਸਨ ਕਿ ਪੰਜਾਬ ਦੇ ਕਾਫੀ ਪਰਸੈਂਟ ਜਿਹੜੇ ਨੌਜਵਾਨ ਨੇ ਉਹ ਨਸ਼ਈ ਹੋ ਚੁੱਕੇ ਨੇ ਉਹਨਾਂ ਨੌਜਵਾਨਾਂ ਨੇ ਵੀ ਜਿਹੜਾ ਆਪਾਂ ਕਹੀਏ ਕਿ ਅੱਗੇ ਆ ਕੇ ਐਜ਼ ਏ ਕੌਮ ਹੋਣ ਦਾ ਸਬੂਤ ਦਿੱਤਾ ਅਤੇ ਜਿਹੜੇ ਨੇ ਕਈ ਜਗ੍ਹਾ 'ਤੇ ਉਹਨਾਂ ਨੇ ਆਪ ਵੀ ਜਿਹੜੇ ਬੰਨ ਨੇ ਉਹ ਬੰਨੇ ਹੈਗੇ ਨੇ ਕੀ ਕਹੋਗੇ ਤੁਸੀਂ ਇਸ ਦੇ ਬਾਰੇ ਅਵਤਾਰ ਸਿੰਘ ਜੀ ਜਰਨਲਿਸਟ ਹੋਣ ਦੇ ਨਾਤੇ ਕਿਉਂਕਿ ਤੁਸੀਂ ਪੁਰਾਣੇ ਹੜ੍ਹਾਂ ਦੇ ਵਿੱਚ ਵੀ ਪੰਜਾਬ ਦੇ ਹਾਲਾਤ ਦੇਖੇ ਹੈਗੇ ਆ ਹੁਣ ਵਾਲੇ ਹੜ੍ਹਾਂ 'ਚ ਵੀ ਦੇਖਿਆ ਹੈਗਾ ਭਾਵੇਂ ਕਿ ਸਰਕਾਰਾਂ ਵੱਲੋਂ ਕੋਈ ਸਪੋਰਟ ਨਹੀਂ ਹੈਗੀ ਇਹ ਤੁਹਾਡੀ ਗੱਲ ਠੀਕ ਹੈ ਇਹਨੇ ਭਰਮ ਤੋੜ ਦਿੱਤੇ ਆ ਬਹੁਤ ਸਾਰੇ ਜੀ ਯਾਨੀ ਇਸ ਸਰਗਰਮੀ ਨੇ ਹੜ੍ਹਾਂ ਤੋਂ ਬਾਅਦ ਜਿਹੜੀ ਸਰਗਰਮੀ ਆਈ ਹੈ ਹਨਾ ਅਤੇ ਉਸ ਨੇ ਜਿਸ ਕਿਸਮ ਦੀਆਂ ਇੱਕ ਤਰ੍ਹਾਂ ਨਾਲ ਸੈੱਟ ਪੈਟਰਨ ਜਿਹਾ ਬਣਿਆ ਹੋਇਆ ਸੀ ਵੱਡੀ ਗੱਲ ਤਾਂ ਜਿਹੜੀ ਤੁਸੀਂ ਨੌਜਵਾਨਾਂ ਬਾਰੇ ਕਰੀ ਆਮ ਤੌਰ 'ਤੇ ਲਗਾਤਾਰ ਮੀਡੀਆ ਸੋਸ਼ਲ ਮੀਡੀਆ 'ਚ ਜਾਂ ਈਵਨ ਸਾਡੀਆਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਸ਼ਖਸੀਅਤਾਂ ਸੋ ਕਾਲਡ ਜਾਂ ਹੈਗੀਆਂ ਨੇ ਮਤਲਬ ਕਿ ਉਹ ਇਹ ਲਗਾਤਾਰ ਇਹ ਇਲਜ਼ਾਮ ਲਾ ਰਹੀਆਂ ਸੀ ਵੀ ਖਤਮ ਹੋ ਰਿਹਾ ਪੰਜਾਬ ਦਾ ਨੌਜਵਾਨ ਇੱਕ ਤਰ੍ਹਾਂ ਨਾਲ ਆਪਣੇ ਵਿਰਸੇ ਤੋਂ ਟੁੱਟ ਗਿਆ ਜਾਂ ਨਸ਼ਿਆਂ 'ਚ ਹੋ ਗਿਆ ਪਰ ਜਿਸ ਹਿੰਮਤ ਦਲੇਰੀ ਔਰ ਹੌਸਲੇ ਨਾਲ ਪੰਜਾਬ ਦੇ ਨੌਜਵਾਨਾਂ ਨੇ ਸਿਰ ਧੜ ਦੀ ਬਾਜ਼ੀ ਲਾ ਕੇ ਹੜ੍ਹ ਪੀੜਤਾਂ ਤੱਕ ਮਤਲਬ ਕਿ ਜਿੱਦਣ ਤੋਂ ਹੜ੍ਹ ਆਏ ਨੇ ਨੌਜਵਾਨ ਮੈਦਾਨ ਵਿੱਚ ਨੇ ਵੀ ਚਾਹੇ ਉਹ ਟਰਾਲੀਆਂ ਰਾਹੀਂ ਰਸਦਾਂ ਲੈ ਕੇ ਆ ਰਹੇ ਚਾਹੇ ਕਿਸ਼ਤੀਆਂ ਲੈ ਕੇ ਹੜ੍ਹਾਂ ਵਿੱਚ ਪਹੁੰਚ ਰਹੇ ਨੇ ਔਰ ਫਿਰ ਉਹ ਤੋਂ ਬਾਅਦ ਜਦੋਂ ਅਪੀਲ ਆਏ ਵੀ ਬੰਨ ਟੁੱਟ ਗਏ ਹੋਏ ਨੇ ਮਤਲਬ ਕਿ ਸੈਂਕੜੇ ਟਰਾਲੀਆਂ ਰੇਤੇ ਦੀਆਂ ਬੋਰੀਆਂ ਭਰ ਕੇ ਸੈਂਕੜੇ ਟਰਾਲੀਆਂ ਜਿਸ ਤਰ੍ਹਾਂ ਲਾਈਨ ਲਾ ਕੇ ਖੜੀਆਂ ਸੀ ਵੀ ਉਹ ਕਮਾਲ ਦਾ ਦ੍ਰਿਸ਼ ਅਸੀਂ ਦੇਖਿਆ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਉਹ ਸਾਰੇ ਭਰਮ ਤੋੜ ਦਿੱਤੇ ਨੇ ਵੀ ਪੰਜਾਬ ਦਾ ਨੌਜਵਾਨ ਆਪਣੇ ਵਿਰਸੇ ਤੋਂ ਟੁੱਟ ਚੁੱਕਿਆ ਜਾਂ ਆਪਣੀ ਧਰਤੀ ਨਾਲ ਉਹਦਾ ਮੂੰਹ ਟੁੱਟ ਚੁੱਕਿਆ ਮਤਲਬ ਕਿ ਇੰਨੀ ਜ਼ਿਆਦਾ ਜ਼ਬਰਦਸਤ ਲਹਿਰ ਸਿੱਖ ਨੌਜਵਾਨਾਂ ਨੇ ਬਣਾਈ ਵੀ ਦਿਨ ਰਾਤ 12-12 14-14 ਘੰਟੇ ਉਹਨਾਂ ਨੇ ਲਗਾਤਾਰ ਵੱਧਦੇ ਮੀਂਹ ਵਿੱਚ ਵੀ ਇਕੱਲੇ ਹੀ ਨਹੀਂ ਬਹੁਤ ਸਾਰੀਆਂ ਸਿੱਖ ਬੀਬੀਆਂ ਤੇ ਬੱਚੀਆਂ ਵੀ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਰੇਤੇ ਦੀਆਂ ਬੋਰੀਆਂ ਚੱਕਦੀਆਂ ਦੇਖੀਆਂ ਵੀ ਉਹ ਲਗਾਤਾਰ ਇੱਕ ਤਾਂ ਪ੍ਰਸ਼ਾਦੇ ਦੀ ਸਪਲਾਈ ਹੋ ਰਹੀ ਸੀ ਬੀਬੀਆਂ ਵੱਲੋਂ ਉਹ ਲੰਗਰ ਪਰ ਇੱਕ ਤਾਂ ਜਿਹੜੇ ਰੇਤੇ ਵਾਲੀਆਂ ਟਰਾਲੀਆਂ 'ਚ ਬੋਰੀਆਂ ਲਾ ਕੇ ਵੀ ਉੱਥੇ ਗੱਟੇ ਸਿੱਟਣ ਦਾ ਜਿਹੜਾ ਉਹ ਹੈਗਾ ਵੀ ਉਹ ਬਹੁਤ ਕਮਾਲ ਸੀ ਇਹਨੇ ਇੱਕ ਤਾਂ ਇਹ ਭਰਮ ਤੋੜਿਆ ਜਿਹੜਾ ਸਿੱਖ ਨੌਜਵਾਨਾਂ ਬਾਰੇ ਸੀ ਤੇ ਦੂਜਾ ਇੱਕ ਕੌਮ ਦਾ ਇਹ ਸਪਸ਼ਟ ਕਰਿਆ ਵੀ ਸਿੱਖ ਕੌਮ ਇੱਕ ਸਵੈਮਾਣ ਤੇ ਸੈਲਫ ਸਫੀਸ਼ੀਐਂਟ ਕੌਮ ਹੈਗੀ ਆ ਉਹਨੇ ਕੌਮ ਦੇ ਕਰੈਕਟਰ ਨੂੰ ਔਰ ਕੌਮ ਦੇ ਜਿਹੜੀ ਇੱਕ ਤਰ੍ਹਾਂ ਨਾਲ ਜਿਹੜਾ ਦ੍ਰਿਸ਼ ਹੈ ਜਾਂ ਉਹਦਾ ਜਿਹੜਾ ਇੱਕ ਤਰ੍ਹਾਂ ਨਾਲ ਇਮੇਜ ਹੈਗਾ ਉਹਨੂੰ ਇਹ ਲੈ ਜਾਂਦਾ ਵੀ ਬਿਨਾਂ ਕਿਸੇ ਸਹਾਇਤਾ ਤੋਂ ਇਹ ਬਹੁਤ ਵੱਡਾ ਕਾਰਜ ਹੁੰਦਾ ਕੌਮਾਂ ਦਾ ਨਾ ਜਿਹੜੀਆਂ ਕੌਮਾਂ ਇਸ ਕਿਸਮ ਦੇ ਕਰੈਕਟਰ ਦਾ ਮੁਜ਼ਾਹਰਾ ਕਰਦੀਆਂ ਉਹ ਸੈਲਫ ਸਫੀਸ਼ੀਐਂਟ ਕੌਮਾਂ ਦੇ ਦਾਇਰੇ ਵਿੱਚ ਆ ਜਾਂਦੀਆਂ ਉਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਪੈਂਦੀ ਸੋ ਕੋਈ ਵੀ ਜਿਹੜੀ ਸੈਲਫ ਸਫੀਸ਼ੀਐਂਟ ਕੌਮ ਹੈਗੀ ਆ ਜਿਹੜਾ ਪੋਲੀਟੀਕਲ ਫਿਊਚਰ ਆ ਉਹਨਾਂ ਲਈ ਬਹੁਤ ਸਾਜ਼ਗਾਰ ਹੁੰਦਾ ਨਹੀਂ ਤਾਂ ਇਹ ਬਹੁਤ ਸਾਰਾ ਹੁੰਦਾ ਨਾ ਵੀ ਸਾਰੀਆਂ ਸਾਰੇ ਹਾਲਾਤ ਦੇ ਬਾਵਜੂਦ ਵੀ ਉਹਦੇ ਵਿੱਚ ਸੈਲਫ ਸਫੀਸ਼ੀਐਂਸ ਦੀ ਔਰ ਸਵੈਮਾਨ ਦੀ ਭਾਵਨਾ ਨਹੀਂ ਹੁੰਦੀ ਉਹਦੇ ਨਾਲ ਇੱਕ ਦੂਜੇ ਨਾਲ ਜੁੜੇ ਹੋਣ ਦਾ ਜਾਂ ਇੱਕ ਮੁੱਠਤਾ ਦਾ ਜਿਹੜਾ ਉਹ ਹੈਗਾ ਨਾ ਵੀ ਉਹ ਨਹੀਂ ਹੁੰਦਾ ਵੀ ਇੱਕ ਮੁੱਠਤਾ ਨਹੀਂ ਹੁੰਦੀ ਕੌਮ 'ਚ ਪਰ ਅਸੀਂ ਦੇਖਿਆ ਵੀ ਜਿੰਨੀ ਇੱਕ ਮੁੱਠਤਾ ਔਰ ਖਾਸ ਕਰਕੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਪੋਸਟਾਂ ਆਈਆਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੈਗੇ ਹਾਂ ਉਹ ਆਇਆ ਵੀ ਗੁਰੂ ਸਾਡਾ ਪਿਤਾ ਹੈਗਾ ਸੋ ਗੁਰੂ ਪਿਤਾ ਦੇ ਇੱਕੋ ਹੀ ਔਲਾਦ ਔਰ ਇੱਕੋ ਹੀ ਸੰਤਾਨ ਹੋਣ ਦੇ ਜਿਹੜਾ ਜਜ਼ਬਾ ਹਾਂਜੀ ਹਾਂਜੀ ਉਹ ਜਿਹੜਾ ਇੱਕ ਕੌਮ ਦੇ ਤੌਰ 'ਤੇ ਉਭਰਨ ਦਾ ਔਰ ਸੰਕਟ ਨੂੰ ਜੰਗੀ ਪੱਧਰ 'ਤੇ ਚੈਲੰਜ ਕਰਨ ਦਾ
ਵੀ ਇੱਕ ਜੰਗ ਦੇ ਤੌਰ ਤੇ ਲੈਣ ਦਾ ਇਹ ਬਹੁਤ ਵੱਡਾ ਵੀ ਉਹਨਾਂ ਨੇ ਕੌਮੀ ਜਜ਼ਬਾ ਜਿਹੜਾ ਉਭਾਰਿਆ ਹੈਗਾ ਈਵਨ ਵਿਦੇਸ਼ਾਂ ਤੋਂ ਜਾਂ ਦੇਸ਼ਾਂ ਤੋਂ ਜਿੰਨਾ ਕੁਛ ਵੀ ਹੋਇਆ ਵੀ ਹਰ ਕਿਸੇ ਦੇ ਦਿਲ ਦੀ ਤਾਰ ਆ ਜਿਹੜੀ ਉਹ ਪੰਜਾਬ ਨਾਲ ਜੁੜ ਗਈ ਸੀ ਚਾਹੇ ਉਹ ਕੋਈ ਵਿਦੇਸ਼ 'ਚ ਬੈਠਾ ਚਾਹੇ ਦੇਸ਼ 'ਚ ਬੈਠਾ ਬਹੁਤ ਸਾਰੀਆਂ ਵਿਦੇਸ਼ੀ ਸੰਸਥਾਵਾਂ ਨੇ ਜਿੱਥੇ ਸੇਵਾ ਕਰੀ ਆ ਉੱਥੇ ਅਸੀਂ ਦੇਖ ਰਹੇ ਹਾਂ ਉੱਥੇ ਪੰਜਾਬ 'ਚ ਆਪਣੀਆਂ ਸਥਾਨਕ ਸੰਸਥਾਵਾਂ ਨੇ ਜਿਹੜੇ ਐਨ ਜੀ ਓਜ਼ ਬਣੇ ਨੇ ਨੌਜਵਾਨਾਂ ਦੇ ਉਹਨਾਂ ਨੇ ਜਿਸ ਵੱਡੀ ਪੱਧਰ 'ਤੇ ਸੇਵਾ ਕੀਤੀ ਹੈ ਉਹਨੇ ਕੌਮ ਦਾ ਜਿਹੜਾ ਸਿਰ ਹੈ ਉਹ ਮਾਣ ਨਾਲ ਉੱਚਾ ਚੁੱਕ ਦਿੱਤਾ ਕੌਮ ਇੱਕ ਕੌਮ ਦੇ ਤੌਰ 'ਤੇ ਨਿਖਰ ਕੇ ਸਾਹਮਣੇ ਆਈ ਹੈਗੀ ਬਿਲਕੁਲ ਜੀ ਔਰ ਆਪਾਂ ਦਰਸ਼ਕਾਂ ਨੂੰ ਵੀ ਦੱਸ ਚੱਲੀਏ ਅਕਾਲ ਚੈਨਲ ਵੱਲੋਂ ਵੀ ਜਿਹੜਾ ਹੈ ਸੇਵਾ ਉੱਥੇ ਚੱਲ ਰਹੀ ਸੀ ਔਰ ਸੰਗਤਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਅਤੇ ਉੱਥੇ ਜਿਹੜੇ ਵੀਰ ਨੇ ਸਾਡੇ ਉਹ ਵੀ ਉੱਥੇ 14-14 16-16 ਘੰਟੇ ਕੰਮ ਕਰ ਰਹੇ ਨੇ ਸੇਵਾ ਕਰ ਰਹੇ ਨੇ ਔਰ ਅਕਾਲ ਚੈਨਲ ਨੂੰ ਸੇਵਾ ਕਰਦੇ ਹੋਏ ਦੇਖ ਕੇ ਬਾਹਰੋਂ ਵੀ ਕੁਛ ਨੌਜਵਾਨ ਈਵਨ ਕਿ ਟਾਟਾ ਨਗਰ ਤੋਂ 4-5 ਨੌਜਵਾਨ ਜਿਹੜੇ ਆਏ ਅਤੇ ਉਹ ਨਾਲ ਸੇਵਾ ਅਕਾਲ ਚੈਨਲ ਦੀ ਟੀਮ ਬਿਲਕੁਲ ਬਿਲਕੁਲ ਅਸੀਂ ਇਸ ਮਾਮਲੇ 'ਚ ਅਕਾਲ ਚੈਨਲ ਦੀ ਅਤੇ ਹੋਰ ਜਿੰਨੀਆਂ ਵੀ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਦਿਨ ਰਾਤ ਜਿਹੜੇ ਵਲੰਟੀਅਰ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਬਿਨਾਂ ਕਿਸੇ ਸੰਸਥਾ ਨਾਲ ਜੁੜੇ ਹੋਣ ਤੋਂ ਈਵਨ ਅਕਾਲ ਚੈਨਲ ਦੇ ਯਤਨਾਂ ਦਾ ਜਿੱਥੇ ਅਸੀਂ ਸ਼ਲਾਘਾ ਕਰਦੇ ਹਾਂ ਸਮੁੱਚੀ ਸਿੱਖ ਕੌਮ ਦਾ ਸਿੱਖ ਨੌਜਵਾਨਾਂ ਦੀ ਔਰ ਸਿੱਖ ਬੀਬੀਆਂ ਬੱਚਿਆਂ ਦੀ ਜਿਨ੍ਹਾਂ ਨੇ ਰਾਸ਼ਨ ਪਾਣੀ ਬਣਾ ਕੇ ਟਰਾਲੀਆਂ ਭਰ ਭਰ ਕੇ ਇੰਨੀਆਂ ਜ਼ਿਆਦਾ ਸਬਜ਼ੀਆਂ ਬਣਾ ਕੇ ਥਾਂ ਥਾਂ 'ਤੇ ਭੇਜਿਆ ਔਰ ਖਾਸ ਕਰਕੇ ਉਹ ਬੱਚਿਆਂ ਦੀ ਜਿਨ੍ਹਾਂ ਨੇ ਪੈਕਟ ਬਣਾ ਕੇ ਰਸਤੇ ਮਤਲਬ ਕਿ ਜੋ ਵੀ ਸੇਵਾ ਸੀ ਉਹਨਾਂ ਨੇ ਕਰੀ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਕੌਮ ਆਪਣਾ ਇਹ ਕੌਮੀ ਸਰੂਪ ਆ ਜਿਹੜਾ ਹੋਰ ਮਜ਼ਬੂਤ ਕਰਦੀ ਰਹੇਗੀ ਬਿਲਕੁਲ ਜੀ ਔਰ ਹੜ੍ਹਾਂ ਨੂੰ ਲੈ ਕੇ ਜਿੱਥੇ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਜਾਂ ਸੋਸ਼ਲ ਮੀਡੀਆ 'ਤੇ ਕਾਫੀ ਜਿਹੜਾ ਬਾਜ਼ਾਰ ਹੈਗਾ ਗਰਮ ਹੈਗਾ ਕਿ ਜਿਹੜੇ ਹੜ੍ਹ ਨੇ ਇਹ ਜਿਹੜੇ ਜਾਣ ਬੁੱਝ ਕੇ ਲਿਆਂਦੇ ਗਏ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਵਾਂ ਹੋਈਆਂ ਨੇ ਅਤੇ ਉਸ 'ਤੇ ਟ੍ਰਿਬਿਊਨ ਦੇ ਵਿੱਚ ਇੱਕ ਜਿਹੜੀ ਖਬਰ ਲੱਗੀ ਹੈਗੀ ਉਹਨਾਂ ਨੇ ਪਿਛਲੇ 7 ਦਹਾਕਿਆਂ ਦੀ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਲਿਆਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਸਾਬਿਤ ਕੀਤਾ ਕਿ ਜਿਹੜੇ ਹੜ੍ਹ ਆਏ ਹੈਗੇ ਨੇ ਕਿਤੇ ਨਾ ਕਿਤੇ ਮੈਨ ਮੇਡ ਡਿਜ਼ਾਸਟਰ ਇਹ ਹੈਗਾ ਹੈ ਅਵਤਾਰ ਸਿੰਘ ਜੀ ਕੀ ਰਿਪੋਰਟ ਹੈ ਕੀ ਹੈ ਸਾਰੀ ਹਾਂਜੀ ਹਾਂਜੀ ਉਹਨਾਂ ਨੇ ਕਿਉਂਕਿ ਸੋਸ਼ਲ ਮੀਡੀਆ 'ਤੇ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਇਹ ਸਰਗਰਮ ਨੇ ਵੀ ਭਾਰਤ ਸਰਕਾਰ ਨੇ ਕਿਸੇ ਨਿਸ਼ਾਨੇ ਦੇ ਤਹਿਤ ਪਾਣੀ ਛੱਡਿਆ ਪੰਜਾਬ ਦੀ ਤਬਾਹੀ ਲਈ ਆ ਪੰਜਾਬ ਦੀ ਕਿਸਾਨੀ ਨੂੰ ਜਾਂ ਜੋ ਕੁਛ ਵੀ ਹੈ ਵੀ ਉਹਨੂੰ ਖਤਮ ਕਰਨ ਲਈ ਹੈ ਨਾ ਇੱਕ ਤਾਂ ਇਹ ਵੀ ਪਾਣੀ ਉੱਥੇ ਬਹੁਤ ਜ਼ਿਆਦਾ ਆ ਗਿਆ ਹੈ ਨਾ ਵੀ ਉਹ ਇੱਕ ਛੱਡਣਾ ਪੈਣਾ ਸੀ ਬਾਈਫੋਰਕੇਟ ਕਰਕੇ ਅਤੇ ਦੂਜਾ ਹੈਗਾ ਵੀ ਉਹ ਮੈਨ ਮੇਡ ਡਿਜ਼ਾਸਟਰ ਨਾ ਜਿਹੜਾ ਉਹ ਅਸੀਂ ਆਪ ਬਣਾ ਰੱਖਿਆ ਹੋਇਆ ਜੇ ਇੰਨਾ ਪਾਣੀ ਛੱਡਿਆ ਵੀ ਜਾਂਦਾ ਨਾ ਤਾਂ ਵੀ ਕੋਈ ਤਬਾਹੀ ਨਹੀਂ ਸੀ ਹੋਣੀ ਜਿਹੜੇ ਡਿਜ਼ਾਸਟਰ ਜਿਹਦੇ ਜਿਹੜੀਆਂ ਘਟਨਾਵਾਂ ਉਹ ਉਸ ਰਿਪੋਰਟ ਵਿੱਚ ਆਈਆਂ ਨੇ ਅਸੀਂ ਵੀ ਪਹਿਲਾਂ ਵੀ ਡਿਸਕਸ ਕਰੀ ਆ ਉਹਨਾਂ ਨੇ ਪਿਛਲੇ 70 ਸਾਲਾਂ ਦੀ ਜਿਹੜੀ ਇਮੇਜਰੀ ਹੈਗੀ ਆ ਸੈਟੇਲਾਈਟ ਇਮੇਜਰੀ ਉਹਦੇ ਆਧਾਰ ਤੇ ਟ੍ਰਿਬਿਊਨ ਨੇ ਰਿਪੋਰਟ ਲਾਈ ਹੈਗੀ ਆ ਵੀ 1.5 ਲੱਖ ਏਕੜ ਸਤਲੁਜ ਦੀ ਜ਼ਮੀਨ ਆ ਜਿਹੜੀ ਉਹ ਪੋਲੀਟੀਸ਼ੀਅਨਸ ਨੇ ਜਾਂ ਹੋਰ ਵੱਡੇ ਧਨਾੜਾਂ ਨੇ ਜਾਂ ਜਿਨ੍ਹਾਂ ਨੇ ਵੀ ਆਪਣੇ ਕਬਜ਼ੇ ਹੇਠ ਲੈ ਲਈ ਹੋਈ ਆ 1.5 ਲੱਖ ਏਕੜ ਜ਼ਮੀਨ ਆ ਜਿਹੜੀ 19 ਜ਼ਮੀਨ ਦੇ ਵਿੱਚ ਜਿਹੜਾ ਪਾਣੀ ਬੜੇ ਆਰਾਮ ਨਾਲ ਸਮਾ ਸਕਦਾ ਸੀ 1.5 ਲੱਖ ਏਕੜ ਜ਼ਮੀਨ ਵਿੱਚ ਜੇ ਇੰਨਾ ਪਾਣੀ ਛੱਡ ਵੀ ਦਿੱਤਾ ਜਾਂਦਾ ਭਾਖੜਾ ਤੋਂ ਬੜੀ ਰਵਾਨਗੀ ਨਾਲ ਪਾਣੀ ਚਲੇ ਜਾਂਦਾ ਹੈਗਾ ਕੋਈ ਬੰਨ ਨਹੀਂ ਸੀ ਟੁੱਟਣਾ ਕੋਈ ਕੁਛ ਨਹੀਂ ਕੋਈ ਤਬਾਹੀ ਨਹੀਂ ਸੀ ਹੋਣੀ ਉਹਨੇ ਬੜੀ ਰਵਾਨਗੀ ਨਾਲ ਆਪਣੀ ਜਿਹੜੀ ਯਾਤਰਾ ਪੂਰੀ ਕਰਕੇ ਜਿੱਥੇ ਜਾਣਾ ਉਹ ਚਲੇ ਜਾਣਾ ਸੀ ਇਹ ਹੁਣ ਸਾਡੀਆਂ ਗਲਤੀਆਂ ਨੇ ਇਹਦੇ ਵਿੱਚ ਹੁਣ ਆਪਾਂ ਜਿੱਦਾਂ ਕਹਿੰਦੇ ਨੇ ਵੀ ਸਰਕਾਰ ਜ਼ਿੰਮੇਵਾਰ ਆ ਸਰਕਾਰ ਉਸ ਤਰ੍ਹਾਂ ਜ਼ਿੰਮੇਵਾਰ ਨਹੀਂ ਇਸ ਤਰ੍ਹਾਂ ਜ਼ਿੰਮੇਵਾਰ ਆ ਉਹ ਜਿੰਨੀਆਂ ਜ਼ਮੀਨਾਂ ਦੱਬੀਆਂ ਹੋਈਆਂ ਨੇ ਉਹ ਰਾਜਨੀਤਿਕ ਨੇਤਾਵਾਂ ਨੇ ਦੱਬੀਆਂ ਹੋਈਆਂ ਨੇ ਵੱਡੇ ਪੁਲਿਸ ਅਫਸਰਾਂ ਨੇ ਵੱਡੇ ਆਈਏਐਸ ਅਫਸਰਾਂ ਨੇ ਆਪਾਂ ਇਹ ਕਹਿ ਸਕਦੇ ਕਿ ਸਮੇਂ ਦੀਆਂ ਸਰਕਾਰਾਂ ਕਿਉਂਕਿ ਉਸ ਟਾਈਮ ਤੋਂ ਲੈ ਕੇ ਵੱਖ-ਵੱਖ ਸਰਕਾਰਾਂ ਨਹੀਂ ਸਾਰੀਆਂ ਨੇ ਸਾਰਿਆਂ ਨੇ ਏਰੀਆ ਦੇ ਸਾਰਿਆਂ ਨੇ ਈਵਨ ਕੁਛ ਈਵਨ ਥਾਣੇਦਾਰ ਜਾਂ ਹੌਲਦਾਰ ਜਿਨ੍ਹਾਂ ਨੇ ਪੰਜਾਬ 'ਚ ਕਤਲੇਆਮ ਕੀਤਾ ਉਹਨਾਂ ਨੇ ਵੀ ਜੀ ਜੀ ਇਹ ਕੱਲੇ ਸਤਲੁਜ ਨਹੀਂ ਰੋਪੜ ਦੀਆਂ ਦੋਨੋਂ ਬੁੱਧਕੀ ਤੇ ਸਿਸਵਾ ਨਦੀਆਂ ਉਹ ਸਾਰੀਆਂ ਦੱਬਣੀਆਂ ਹੋਈਆਂ ਨੇ ਕਿਸੇ ਆ ਦੇਖੋ ਜੀ ਆ ਕਿਸੇ DIG ਦਾ ਫਾਰਮ ਆ ਕਿਸੇ ਜੱਜ ਦਾ ਫਾਰਮ ਆ ਕਿਸੇ ਆਈਏਐਸ ਅਫਸਰ ਦਾ ਈਵਨ ਥਾਣੇਦਾਰਾਂ ਦੇ ਫਾਰਮ ਨੇ ਉੱਥੇ ਉਹ ਸਾਰੀਆਂ ਬੁਦਕੀ ਨਦੀ ਤੇ ਸਤਲੁਜ ਦਾ ਸਾਰਾ ਜਿਹੜਾ ਇਲਾਕਾ ਦੱਬਿਆ ਹੋਇਆ ਇਹਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਹਦੇ ਖਿਲਾਫ ਰਿਟ ਪਾਈ ਗਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਸਟਿਸ ਕੁਲਦੀਪ ਸਿੰਘ ਦੀ ਡਿਊਟੀ ਲਾਈ ਸੀ 2-3 ਸਾਲ ਪਹਿਲਾਂ ਜਦੋਂ ਅਕਾਲੀ ਸਰਕਾਰ ਸੀ ਵੀ ਤੁਸੀਂ ਇਹ ਦੇਖੋ ਵੀ ਵਾਕਿਆ ਹੀ ਕਿਸੇ ਨੇ ਨਜਾਇਜ਼ ਕਬਜ਼ਾ ਕਰਿਆ ਹੋਇਆ ਤਾਂ ਜਸਟਿਸ ਕੁਲਦੀਪ ਸਿੰਘ ਨੇ ਜੋ ਰਿਪੋਰਟ ਦਿੱਤੀ ਉਹਨੇ ਹੋਸ਼ ਉਡਾਉਣ ਵਾਲੀ ਸੀ ਉਹ ਕਹਿੰਦੇ ਵੀ ਲਗਭਗ 5,000 ਏਕੜ 3-5 ਦੇ ਵਿੱਚ ਉਹ ਸੀਗਾ ਵੀ ਮਤਲਬ ਕਿ ਐਗਜੈਕਟ ਫਿਗਰ ਕੋਈ ਹੈਗੀ ਮੇਰੇ ਖਿਆਲ 5 ਦੇ ਨੇੜੇ ਤੇੜੇ ਆ ਵੀ ਉਹ ਰੋਪੜ ਦੇ ਮਾਜਰੀ ਤੇ ਮਾਜਰਾ ਬਲਾਕ ਵਿੱਚ ਸਿਰਫ ਨਦੀਆਂ ਦੀ ਤੇ ਇੱਕੋ ਸਤਲੁਜ ਦੀ ਜਿਹੜੀ ਹੈਗੀ ਆ ਉਹ ਜ਼ਮੀਨ ਦੱਬੀ ਉਹ ਦੱਬੀ ਹੋਈ ਆ ਉਹਦੇ ਵਿੱਚ ਵੱਡੇ ਅਫਸਰਾਂ ਦੇ ਤੇ ਪੋਲੀਟੀਸ਼ੀਅਨਾਂ ਦੇ ਨਾਂ ਦਿੱਤੇ ਆ ਜਸਟਿਸ ਕੁਲਦੀਪ ਸਿੰਘ ਨੇ ਤੇ ਜਦੋਂ ਰਿਪੋਰਟ ਆਈ ਤਾਂ ਹਾਈ ਕੋਰਟ ਨੇ ਕਿਹਾ ਵੀ ਇਹ ਜ਼ਮੀਨ ਇੱਕਦਮ ਖਾਲੀ ਕਰੀ ਜਾਵੇ ਪਰ ਪ੍ਰਕਾਸ਼ ਸਿੰਘ ਬਾਦਲ ਨੇ ਹਰੀਸ਼ ਸਾਲਵੇ ਜਿਹੜਾ ਬਹੁਤ ਸੀਨੀਅਰ ਵਕੀਲ ਆ ਸੁਪਰੀਮ ਕੋਰਟ ਦਾ ਉਹਦੇ ਥਰੂ ਰਿਟ ਪਾ ਕੇ ਸਟੇਅ ਲੈ ਲਿਆ ਵੀ ਅਸੀਂ ਜ਼ਮੀਨ ਨਹੀਂ ਛੱਡਾਂਗੇ
ਹੁਣ ਉਹ ਕੇਸ ਸੁਪਰੀਮ ਕੋਰਟ 'ਚ ਆ ਉਹ ਵੀ 25-30 ਸਾਲ ਉਸ ਕੇਸ 'ਤੇ ਸੁਣਵਾਈ ਹੋਣ ਦੀ ਕੋਈ ਸੰਭਾਵਨਾ ਨਹੀਂ, ਉਨੀ ਦੇਰ ਤੱਕ ਇਹ ਜ਼ਮੀਨ ਉਹਨਾਂ ਦੇ ਕਬਜ਼ੇ ਵਿੱਚ ਰਹੂਗੀ। ਸੋ ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਹਿਤੈਸ਼ੀ ਉਹ ਲੋਕ ਹੈਗੇ ਨੇ ਕਿ ਨਹੀਂ। ਜਦੋਂ ਹਾਈ ਕੋਰਟ ਦਾ ਫੈਸਲਾ ਆ ਗਿਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਸੀ ਇੱਕਦਮ ਕਾਨੂੰਨ ਦਾ ਆਦਰ ਕਰਦੇ ਹੋਏ ਉਹ ਉਹਦੇ 'ਤੇ ਸਾਰੀ ਜ਼ਮੀਨ ਖਾਲੀ ਕਰਵਾਉਂਦੇ, ਪਰ ਉਹਨਾਂ ਨੇ ਅਫਸਰਸ਼ਾਹੀ ਦੇ ਹੱਕ ਵਿੱਚ ਅਤੇ ਪੋਲੀਟੀਸ਼ੀਅਨਾਂ ਨੂੰ ਬਚਾਉਣ ਲਈ ਸੁਪਰੀਮ ਕੋਰਟ ਦਾ ਸਹਾਰਾ ਲੈ ਲਿਆ ਅਤੇ ਉਹ ਸਾਰੇ ਉਹਦੇ ਨਾਲ ਹੜ੍ਹ ਹੋਣ ਜਿਹੜਾ ਨੁਕਸਾਨ ਹੋਇਆ ਉਹ ਉਸ ਇਨਕਰੋਚਮੈਂਟ ਕਰਕੇ ਹੋਇਆ, ਜਿਹੜੇ 1.5 ਲੱਖ ਏਕੜ ਆ ਬਕਾਇਦਾ ਸਮੁੱਚੇ ਸਤਲੁਜ ਵਿੱਚ। ਤੇ ਇਹ ਇਹ ਹੈਗਾ ਵੀ ਇਹ ਮੈਨ ਮੇਡ ਡਿਜ਼ਾਸਟਰ ਆ, ਇਹ ਵਾਰ ਵਾਰ ਹੋਊਗਾ ਜੇ ਉਹ ਜ਼ਮੀਨ ਨਾ ਖਾਲੀ ਕਰਵਾਈ ਗਈ ਤੇ ਉਹਨੂੰ ਡੂੰਘਾ ਨਾ ਕੀਤਾ ਗਿਆ, ਕਿਉਂਕਿ ਉਹਨਾਂ ਨੇ ਫਿਰ ਖੇਤੀ ਲਈ ਉਹਨੂੰ ਲੈਵਲ ਕਰ ਲਿਆ ਹੋਇਆ ਨਾ, ਤੇ ਉਹਦੇ ਚੋਂ ਜਿਹੜਾ ਡੂੰਘਾ ਆਣ ਖਤਮ ਹੋ ਗਈ, ਪਾਣੀ ਨੇ ਡੂੰਘੀ ਥਾਂ ਤੇ ਵਗਣਾ ਸੀ ਉਹ ਡੂੰਘਾ ਪਾਣੀ ਖਤਮ ਹੋ ਗਿਆ ਹੋਇਆ। ਔਰ ਜਿੱਦਾਂ ਕਿ ਤੁਸੀਂ ਪਿਛਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਰੇਤਾ ਵੀ ਜਿਹੜੀ ਦਰਿਆਵਾਂ ਦੇ ਵਿੱਚ, ਹਾਂਜੀ ਉਹ ਮਾਈਨਿੰਗ ਜਿਹੜੀ ਉਹ ਬੰਦ ਹੋ ਗਈ, ਹਾਂਜੀ ਹਾਂਜੀ, ਇਸ ਕਰਕੇ ਉਹਦੇ ਨਾਲ ਵੀ ਜਿਹੜਾ ਕਾਫੀ ਫਰਕ ਪਿਆ ਹੈਗਾ।